ਸੋਈ ਗਾਇਜ਼ ਕਿਹਾ ਜਲਦ ਸਭ ਤੋਂ ਫੁੱਲੀ ਸਾਰੇ ਵਧੀਆ ਹੋਵੋਗੇ ਤੁਸੀਂ ਬੱਥੇਰੇ ਕਲਾਕਾਰਾਂ ਦੇ ਮੇਰੇ ਫੇਵਰਟ ਗਾਣੇ ਸੁਣ ਲੇ ਪਰ ਇੱਕ ਐਸਾ ਇਨਸਾਨ ਜਿਹਦੇ ਨਾਲ ਸਿਰਫ ਕਲਾਕਾਰੀ ਨਹੀਂ ਜਿਹਦੇ ਨਾਲ ਭਾਵਾਂ ਵਾਲਾ ਪਿਆਰ ਵੀ ਆ ਚੰਨੀ ਨੱਤਾਂ ਬਾਈ ਠੀਕ ਹੈ ਜੀ ਅੱਜ ਤੁਹਾਨੂੰ ਦੱਸ ਦਿਆਂ ਕਿ ਮੇਰੇ ਪਸੰਦੀਦਾ ਟੌਪ 5 ਟਰੈਕ ਜੋ ਚੰਨੀ ਨੱਤਾਂ ਬਾਈ ਹੋਰਾਂ ਦੇ ਲਿਖੇ ਹੋਏ ਨੇ ਆਜੋ ਸਟਾਰਟ ਕਰਦੇ ਹਾਂ ਤੋਂ ਮੈਂ ਕਿ ਕਮਾਲ ਦੀ ਗੱਲ ਤਾਂ ਇਹ ਸਟਾਰਟਿੰਗ ਸਟਾਰਟਿੰਗ ਜਦੋਂ ਮੈਂ ਚੰਨੀ ਬਾਈ ਨੂੰ ਸੁਨਾ ਸ਼ੁਰੂ ਕੀਤਾ ਮੈਨੂੰ ਤਾਂ ਲੱਗਦਾ ਉਹ ਬਾਈ ਕਈ ਵਾਰ ਨਾ ਕਈ ਜਗ੍ਹਾ ਤੇ ਹੁਣ ਸਿੰਗਰ ਨਹੀਂ ਸੀ ਆਉਂਦੇ ਹੁੰਦੇ ਹੈਣਾ ਵੀਡੀਓ ਦੇ ਵਿੱਚ ਠੀਕ ਹੈ ਜਿਵੇਂ ਆਰ ਡੀ ਕਾਫੀ ਟਾਈਮ ਉਹ ਵੀਡੀਓ ਚ ਨਹੀਂ ਪ੍ਰੈਜ਼ੈਂਟ ਹੋਏ ਠੀਕ ਹੈ ਉਦੋਂ ਚੰਨੀ ਬਾਈ ਆਪ ਗਾਉਂਦਾ ਸੀ ਤੇ ਮੈਨੂੰ ਸਿੰਕ ਕਰਦਾ ਸੀ ਇਦਾਂ ਲੱਗਦਾ ਹੁੰਦਾ ਜਿਵੇਂ ਚੰਨੀ ਬਾਈ ਆਪ ਹੀ ਗਾ ਰਿਹਾ ਬਟ ਬਾਅਦ ਚ ਪਤਾ ਲੱਗਿਆ ਕਿ ਨਹੀਂ ਨਹੀਂ ਇਹ ਕੁਝ ਕਿਸੇ ਹੋਰ ਦੀ ਵੌਇਸ ਆ ਠੀਕ ਹੈ ਆਜੋ ਸਟਾਰਟ ਕਰਦੇ ਆ ਪੰਜਵੇਂ ਨੰਬਰ ਤੇ ਸਭ ਤੋਂ ਲੇਟੈਸਟ ਟਰੈਕ ਜੋੜੀਆਂ ਇੰਦਰਪਾਲ ਮੋਗਾ ਤੇ ਚੰਨੀ ਨਤਾ ਬਾਈ ਦਾ ਦੱਬ ਟੰਗੀਆਂ ਨੇ ਦੋ ਜੋੜੀਆਂ ਮੁੰਡੇ ਦੇ ਸਿਆਵਲ ਦੀ ਕੋੜੀਆਂ ਇਹ ਗਾਣਾ ਨਾ ਮੈਂ ਐਕਚੁਅਲ ਚ ਬੜਾ ਵਧੀਆ ਰਦਾ ਇਹਦੀ ਜੀ ਕੰਪੋਜੀਸ਼ਨ ਹਨਾ ਰੱਬ ਰੱਖੀਆਂ ਨੇ ਦੋ ਜੋੜੀਆਂ ਠੀਕ ਹੈ ਉਹ ਇੱਕ ਕੰਪੋਜੀਸ਼ਨ ਬੰਦੇ ਨੂੰ ਬੜੀ ਬੰਨ ਕੇ ਰੱਖਦੀ ਬੜਾ ਸਵਾਦ ਜਾ ਹੁੰਦਾ ਇੱਕ ਠੀਕ ਹੈ ਬਾਕੀ ਬੜੀ ਵਧੀਆ ਜੀ ਟਰੈਪੀ ਟਾਈਪ ਜੀ ਬੀਟ ਆ ਥੋੜੀ ਕਿ ਇੱਕ ਬਹੁਤ ਹਾਰਡ ਆ ਗਾਣੇ ਦੀ ਤੇ ਨਾਈਸ ਆ ਸਵਾਦ ਆਉਂਦਾ ਯਾਰ ਸੁਣ ਕੇ ਗੱਲ ਇਹ ਹੁੰਦੀ ਆ ਠੀਕ ਹੈ ਸਭ ਕੁਝ ਸਾਈਡ ਦਾ ਰੱਖਦੇ ਕਿਉਂਕਿ ਜਿਵੇਂ ਇੱਕ ਬੰਦਾ ਕਹਿੰਦਾ ਨਾ ਵਾਈਪ ਚੈੱਕ ਬਸ ਹੋ ਚੁੱਕੀ ਹੈ ਬਾਕੀ ਅੱਗੇ ਚੌਥੇ ਨੰਬਰ ਤੇ ਸਭ ਤੋਂ ਪਹਿਲਾ ਗਾਣਾ ਠੀਕ ਹੈ ਜਿਹੜਾ ਕਿ ਮੇਰੇ ਹਿਸਾਬ ਨਾਲ ਸਭ ਤੋਂ ਪਹਿਲਾ ਗਾਣਾ ਸੀਗਾ ਰੂਸ ਬਣੀ ਗੇਲ ਦੇਣਾ ਲੋ ਰੂਸ ਟਰੈਕ ਵਿੱਚ ਕੀ ਸੀਗਾ ਰੂਸ ਟਰੈਕ ਤੁਹਾਨੂੰ ਤੁਸੀਂ ਸਭ ਨੇ ਜਦੋਂ ਸੁਣਿਆ ਸਟਾਰਟਿੰਗ ਵਿੱਚ ਫਸਟ ਰਿਐਕਟ ਕੀ ਰਿਐਕਸ਼ਨ ਕੀ ਸੀਗਾ ਕਿ ਯਾਰ ਆਹ ਕੀ ਹੋ ਗਿਆ ਹੈ ਨਾ ਇੱਕੋ ਦਮ 47 ਜਲ ਰਹੀਆਂ ਸਾਰਾ ਕੁਝ ਠੀਕ ਹੈ ਤੇ ਇਹਨਾਂ ਨੇ ਤਾਂ ਮਤਲਬ ਸਟੇਟ ਨੂੰ ਵੰਗਾਰਤਾ ਇਹਨਾਂ ਨੇ ਤਾਂ ਸਿੱਧਾ ਇੰਡੀਅਨ ਸਰਕਾਰ ਨੂੰ ਵੰਗਾਰਤਾ ਬਟ ਉਦੋਂ ਪਤਾ ਕੀ ਸੀਗਾ ਉਦੋਂ ਸਾਡੇ ਲਈ ਬੜਾ ਕੁਝ ਨਵਾਂ ਸੀਗਾ ਇਹ ਸਾਰਾ ਕੁਝ ਕਿਉਂਕਿ ਸਿੰਗਰ ਇਦਾਂ ਦਾ ਕੁਝ ਗਾਉਂਦੇ ਨਹੀਂ ਸੀਗੇ ਤੇ ਜਿਹੜੇ ਗੰਦਸ਼ੋ ਜਿਆਦਾ ਢਾਡੀ ਜੱਠਿਆ ਜੱਥਿਆਂ ਵਾਲੇ ਹੁੰਦੇ ਸੀਗੇ ਉਹਨਾਂ ਦੀ ਇੰਨੀ ਵਾਸਟ ਇੱਕ ਕਹਿੰਦੇ ਨੇ ਕਿ ਮਾਰਕੀਟ ਨਹੀਂ ਸੀਗੀ ਬਟ ਚੰਨੀ ਬਈ ਹੋਰਾਂ ਜਦੋਂ ਲਿਆਂਦਾ ਇਹ ਸਭ ਕੁਝ ਠੀਕ ਹੈ ਤੇ ਉਹਨਾਂ ਨੇ ਬੜੇ ਸੋਹਣੇ ਸੋਹਣੇ ਤਗੜੇ ਵੀਡੀਓ ਬਣਾਈਆਂ ਪੈਹਾ ਲਾਇਆ ਇੱਕ ਵਰਲਡ ਪਲੈਟਫਾਰਮ ਦਿੱਤਾ ਇਹਨਾਂ ਚੀਜ਼ਾਂ ਨੂੰ ਦੁਨੀਆ ਨੂੰ ਕਾਫੀ ਚੀਜ਼ਾਂ ਚੰਨੀ ਬਾਈ ਤੋਂ ਬਹੁਤ ਚੀਜ਼ਾਂ ਪਤਾ ਲੱਗੀਆਂ ਨੇ ਲੋਕਾਂ ਨੂੰ ਠੀਕ ਹੈ ਅ ਮਤਲਬ ਗੱਲ ਕੀ ਸੀਗੀ ਮੇਨ ਗੱਲ ਇਹ ਸੀਗੀ ਕਿ ਜੋ ਸਾਡੇ ਨਾਲ ਪਿੱਛੇ ਹੋਇਆ ਜੋ ਸਾਡੇ ਨਾਲ ਮਾੜਾ ਚੰਗਾ ਵਿਵਹਾਰ ਹੋਇਆ ਠੀਕ ਹੈ ਸਟੇਟ ਵੱਲੋਂ ਉਹ ਉਹ ਉਹਦਾ ਇੱਕ ਜਵਾਬ ਦੇਣਾ ਠੀਕ ਹੈ ਕਿ ਜਾਂ ਆਪਣੇ ਬਾਰੇ ਦੱਸਣਾ ਆਪਣੀ ਇੱਕ ਦੱਸਣਾ ਕਿ ਪੁੱਤ ਅਸੀਂ ਵੀ ਘੱਟ ਨਹੀਂ ਸੀਗੇ ਠੀਕ ਹੈ ਅਸੀਂ ਵੀ ਉਦੋਂ ਹੀ ਟਰੱਕਾਂ ਦੀ ਤੋਰੇ ਨੇ ਫਿਰ ਤੇ ਉਹ ਉਹ ਚੀਜ਼ ਨੇ ਇੱਕ ਤਰੀਕੇ ਨਾਲ ਫਲੈਕਸ ਦੇ ਤਰੀਕੇ ਨਾਲ ਸ਼ੁਰੂ ਹੋਇਆ ਸੀ ਕੰਮ ਤੇ ਬੜਾ ਵਧੀਆ ਲੱਗਦਾ ਅੱਜ ਤੱਕ ਅੱਗੇ ਹੁੰਦਾ ਜੀ ਤੀਜੇ ਨੰਬਰ ਤੇ ਹੀਰਾ ਗਾਣਾ ਜਿਹੜਾ ਕਿ ਟ੍ਰਿਬਿਊਟ ਹੈ ਆਪਣੇ ਦੀਪ ਸਿੱਧੂ ਬਾਈ ਨੂੰ ਚਨ 292 ਤੇ ਇੰਦਰਪਾਲ ਮੋਕੇ ਬਾਈ ਵੱਲੋਂ ਸੂਰ ਮੇ ਉਮਰਾਂ ਲੈ ਕੇ ਆਉਂਦੇ ਥੋੜੀਆਂ ਹਏ ਇਹ ਇਹ ਟਰੈਕ ਨਾ ਐਕਚੁਅਲ ਵਿੱਚ ਮੈਨੂੰ ਕਿਉਂ ਸੋਹਣਾ ਲੱਗਿਆ ਸੀਗਾ ਕਿਉਂਕਿ ਖਤ ਚਲੋ ਇੱਕ ਇਮੋਸ਼ਨਲ ਅਟੈਚਮੈਂਟ ਵੀ ਸੀਗੀ ਟਰੈਕ ਦੇ ਨਾਲ ਦੀ ਬਾਈ ਕਰਕੇ ਬਾਕੀ ਦੂਜੀ ਗੱਲ ਇਹ ਕਿ ਉਹਨੇ ਬੜੇ ਵਧੀਆ ਤਰੀਕੇ ਨਾਲ ਪਰੋਇਆ ਤੇ ਬਹੁਤ ਹੀ ਸੌਫਟ ਵੇ ਨਾਲ ਉਹ ਪੂਰਾ ਗਾਣਾ ਗਾਇਆ ਗਿਆ ਉਹਦਾ 뮤직 ਬਹੁਤ ਸੌਫਟ ਸੀਗਾ ਹੀਰਾ ਦੱਸਿਆ ਗਿਆ ਕਿ ਅਸੀਂ ਆਪਣਾ ਹੀਰਾ ਇੱਕ ਹਨਾ ਗਵਾ ਲਿਆ ਬਟ ਚੀਜ਼ ਬਹੁਤ ਪਿਆਰੀ ਸੀਗੀ ਗਾਣਾ ਬਹੁਤ ਰਿਲੇਟੇਬਲ ਟਰੈਕ ਆ ਕਿਉਂਕਿ ਤੁਸੀਂ ਕਿਤਨਾ ਕੀਤੇ ਇੱਕ ਫੇਸ ਚੋਂ ਨਿਕਲ ਰਹੇ ਹੋਣੇ ਜਦੋਂ ਉਸ ਫੇਸ ਚ ਸਾਰੇ ਹੋਣਨਾਂ ਤੇ ਉਸ ਜੀ ਨੂੰ بڑے ਤਰੀਕੇ ਨਾਲ ਲਿਖਿਆ ਜਾ ਸਕਦਾ ਹੈ ਉਸ ਤੇ ਬੜੇ ਸਾਹਮਣੇ ਪਰੋਇਆ ਜਾ ਸਕਦਾ ਕਿ ਹਰ ਬੰਦਾ ਉਸ ਜੀ ਨੂੰ ਫੀਲ ਕਰੇ ਤੇ ਉਹ ਸੱਚ ਸਹੀਸ ਨੂੰ ਇਹ ਨਹੀਂ ਗੱਲ ਦੇ ਕੇ ਹਾਂ ਵੀਰ ਸਵਾਦ ਆ ਗਿਆ ਟਰੈਕ ਸੁਣ ਕੇ ਰੱਬ ਕਰਕੇ ਕਦੀ ਇਹ ਟਰੈਕ ਕਦੀ ਰਿਲੀਜ਼ ਇਹ ਨਾ ਹੁੰਦਾ ਦੀਪ ਬਾਈ ਕਦੀ ਦੁਨੀਆ ਤੋਂ ਜਾਣਦਾ ਹੀ ਨਾ ਹਨ ਬਟ ਕੀ ਕਰ ਸਕਦੇ ਹਾਂ ਹੁਣ ਜਿਹੜੇ ਜੋ ਚੀਜ਼ ਹੋਣੀ ਹੈ ਜੋ ਲਿਖੀ ਗਈ ਹੈ ਉਹ ਹੋਣੀ ਹੈ ਠੀਕ ਹੈ ਜਾਂ ਰੱਬ ਨੂੰ ਜੋ ਪਸੰਦ ਤੇ ਉਸਾਂ ਆਪਣਾ ਜਿਹੜਾ ਟਰੈਕ ਆਇਆ ਆ ਤੇ ਆਪਨ ਪੂਰਾ ਪਸੰਦ ਆ ਅੱਗੇ ਹੁੰਦਾ ਜੀ ਦੂਜੇ ਨੰਬਰ ਤੇ ਅਨਟਚੇਬਲ ਭਿੰਦਰ ਰੰਧਾਵਾ ਬਾਈ ਦੇ ਨਾਲ ਤੇ ਚੰਨੀ ਨਤਾ ਬਾਈ ਤੇ ਲਿਖਿਆ ਲਿਖ ਸੀ ਗਿਆ ਡੇਗਾ ਮਤਲਬ ਗੱਲ ਕੀ ਸੀ ਇਹਦੇ ਚ ਕਿ ਤੈਨੂੰ ਲੱਗਾ ਚੱਕ ਕੇ ਲੈ ਜਿੰਗੀ ਐ ਲੈ ਜਿੰਗੀ ਤੂੰ ਸਾਨੂੰ ਮਹ ਸਰਕਾਰ ਨੂੰ ਸਿਸਟਮ ਨੂੰ ਕਹਿ ਰਿਹਾ ਬਾਈ ਵੜੀ ਸੰਤ ਜਰਨੈਲ ਸਿੰਘ ਭਿੰਡਰਵੈਲ ਜੀ ਵੱਲੋਂ ਮਤਲਬ ਉਸ ਤਰੀਕੇ ਨਾਲ ਜਿਵੇਂ ਥੋੜਾ ਇੱਕ ਨਾ ਦੇਖਿਓ ਜਨਨਤਾ ਦੇ ਲੀਨਿਕ ਸਵਿਚਨਾ ਕੀਤਨਾ ਕੀਤੇ ਤੁਹਾਨੂੰ ਸੰਤ ਜੀ ਦੀ ਥੋੜੀ ਬਹੁਤੀ ਇੱਛਾ ਲਗ ਮਿਲਦੀ ਹੈ ਜਿਵੇਂ ਇਨਸਪਾਇਰ ਹੁੰਦਾ ਉਹਨਾਂ ਦੇ ਕੋਈ ਉਹਨਾਂ ਨੇ ਕੁਝ ਬੋਲਿਆ ਹੈ ਉਸ ਤੋਂ ਇਨਸਪਾਇਰ ਹੋ ਕੇ ਗਾਣਾ ਲਿਖਦਾ ਐਟਲੀਸਟ ਹੁੱਕ ਲਾਈਨ ਲਿਖਦੀ ਇਦਾਂ ਦਾ ਕੁਝ ਉਹ ਚੀਜ਼ਆਂ ਲੱਗਦੀਆਂ ਤੇ ਬਾਕੀ ਭਿੰਡਰਵੈਲ ਦੀ ਆਵਾਜ਼ ਬਹੁਤ ਸੋਹਣੀ ਹੈ ਖਿੱਚ ਕੇ ਗਾਉਂਦਾ ਬਾਈ ਤੇ ਤਾਂ ਮੈਨੂੰ ਇਹ ਗਾਣਾ ਸੁਣਨ ਲੱਗਿਆ ਸੀ ਉਸ ਤੋਂ ਬਾਅਦ ਪਹਿਲੇ ਨੰਬਰ ਤੇ ਆਉਂਦੇ ਆਂ ਜੀ ਦੋ ਟਰੈਕ ਮੈਂ ਕਿਹਾ ਸਭ ਤੇ ਤਾਂ ਸੁਣੇ ਵੀ ਲੋਕਾਂ ਨੇ ਇਹੀ ਨੇ ਤੇ ਮੈਨੂੰ ਸਭ ਤੇ ਤਾਂ ਇਹੀ ਪਸੰਦ ਨੇ ਟਰੈਕ ਪਹਿਲਾ ਗਾਣਾ ਆਉਂਦਾ ਜੀ ਟਰੈਕ ਸੂਟ ਤੇ ਦੂਜਾ ਆਉਂਦਾ ਜੀ ਡਾਕੂ ਨੰਬਰ ਦਾ ਕੁ ਇੱਕ ਨੰਬਰ ਦਾ ਹਾਂ ਜਿਹੜੀ ਚੀਜ਼ ਦੇ ਆਖੋ ਕੋ ਲੈਣਾ ਧੀ ਤੇ ਡਾਕੂ ਦਾ ساری ਦੁਨੀਆ ਨੇ ਪ੍ਰਮਾਨ ਕਰ ਲਿਆ ਬਹੁਤ ਜ਼ਿਆਦਾ ਚੱਲਿਆ ਗਣਾ অলਮੋਸਟ 130 ਪਲੱਸ ਮਿਲੀਅਨ ਵਿਊਜ਼ ਨੇ ਉਹਦੇ ਤੇ ਟਰੈਕ ਸੂਟ ਤਾਂ ਚਲੋ ਮਿਲੀਅਨ ਤਾਂ ਘੱਟ ਨੇ ਉਹਦੇ ਠੀਕ ਹੈ ਬਟ ਗਾਣਾ ਬਹੁਤ ਚੱਲਿਆ ਹੈ ਆਡੀਓ ਵਾਇਰਲ ਹੋ ਗਈ ਸੀ ਪੂਰੀ ਤਗੜੀ ਟਰੈਕ ਸੂਟ ਦੀ ਤੇ ਮਤਲਬ ਗੱਲ ਕੀ ਹੈ ਨਾ ਉਹ ਉਹ ਬਹੁਤ ਹੋਰ ਚੀਜ਼ਾਂ ਹੋਣਾ ਗਾੜੇ ਵਿੱਚ ਕਈਆਂ ਕਈਆਂ ਤੇ ਲੋਕਾਂ ਨੇ ਕੋਈ ਹੋਰ ਜੀਦਾ ਚੱਕ ਲਿਆ ਠੀਕ ਹੈ ਤੇ ਉਹ ਈਵਨ ਕਿ ਐਕਟਿਵ ਆ ਤੇ ਜਾਂਦੇ ਹੋਏ ਲੋਕ ਵੀ ਆਪਣੇ ਉਹਨੂੰ ਡਾਕੂ ਗਾਣਾ ਲਾ ਕੇ ਰੀਲ ਪਾ ਰਹੇ ਨੇ ਸਲੋ ਮੋਸ਼ਨ ਦੇ ਸੋ ਉਹ ਗੱਲ ਕਿਦੀ ਕੀਤੀ ਆ ਉਹ ਸੰਤ ਜੀ ਦੀ ਗੱਲ ਕੀਤੀ ਆ ਪਿੰਡ ਰਾਣਾ ਜੀ ਦੀ ਉਹਨਾਂ ਨੇ ਕਿਹਾ ਸੀ ਕਿ ਮੈਂ ਡਾਕੂ ਇੱਕ ਨੰਬਰ ਦਾ ਡਾਕੂਾਂਗਾ ਠੀਕ ਹੈ ਤੇ ਉਹਦੇ ਜਦੋਂ ਕਹਿੰਦੇ ਵੀ ਹਨਾ ਕਿ ਮੇਰੀ ਜੀਪ ਇੱਕ ਰੱਖੀ ਆ ਤੇ ਮੈਂ ਦੋ ਲੈਣੀਆਂ ਨੇ ਸੋ ਉਹ ਉਹ ਸਿਸਟਮ ਸਾਰਾ ਕੁਝ ਉਹਨਾਂ ਦਾ ਸੀਗਾ ਇਨਸਪੀਰੇਸ਼ਨ ਬੇਰੇ ਦੀ ਉਹ ਨੇ ਐਂਡ ਬਹੁਤ ਹੀ ਚਲੋ ਗਾਣਾ ਸਭ ਲਈ ਹੁੰਦਾ ਬਰ ਦੁਨੀਆ ਲਈ ਹੁੰਦਾ ਤੇ ਹਰ ਬੰਦੇ ਨੂੰ ਖੁਸ਼ੀ ਹੁੰਦੀ ਆ ਉਹਦਾ ਗਾਣਾ ਹਿੱਟ ਹੋਇਆ ਬਟ ਇੱਕ ਚੀਜ਼ ਹੁੰਦਾ ਨੇ ਇੱਕ origin ਹੁੰਦਾ ਗਾਣੇ ਦਾ ਉਹਦੀ ਜੋ ਮੇਨ ਉਸ ਤੇ ਤੁੰਦਾ ਗਾਣਾ ਕਿੱਥੋਂ ਤੁਰਿਆ ਕੀ ਉਹਦੀ ਮੇਨ ਇਨਸਪੀਰੇਸ਼ਨ ਸੀ ਗਾਣਾ ਲਿਖਣ ਦੀ ਜਾਂ ਕੀ ਕਿਦੇ ਕਰਕੇ ਕੀ ਕੀ ਮੈਨੂੰ ਇੱਕ ਥਾਟ ਆਇਆ ਦਿਮਾਗ 'ਚ ਹਨਾ ਉਹ ਥਾਟ ਸੰਤ ਜੀ ਸੀਗੇ ਬਾਕੀ ਗਾਣ ਮੈਨੂੰ ਬਹੁਤ ਘੈਂਡ ਲੱਗਦਾ ਯਾਰ ਸਾਰੇ ਗਾਣੇ ਬਹੁਤ ਸੋਹਣੇ ਨੇ ਠੀਕ ਆ इवन ਗੈਜਾਰਡਨ ਹੋਰੀ ਸਮਾਈਲ ਟਰੈਕ ਹੋ ਗਿਆ ਮਤਲਬ ਬਹੁਤ ਸੋਹਣੇ ਲੱਗਦੇ ਆ ਕਾਲੀ ਗਾਣਾ ਬਹੁਤ ਸੋਹਣਾ ਲੱਗਦਾ ਮੈਨੂੰ ਕਾਲੀ ਪੱਗ ਕਾਲੀ ਦਾੜੀ ਥੱਲੇ ਕਾਲੀ ਏਕੇ 47 ਹਨਾ ਉਹ ਵਾਲਾ ਮਤਲਬ ਗਾਣਾ ਬਹੁਤ ਸੋਹਣਾ ਸੀ ਬਹੁਤ ਟਾਈਮ ਪਹਿਲਾਂ ਆਇਆ ਸੀ ਉਹ ਤੇ ਬਾਕੀ ਘੈਂਡ ਗੰਮ ਬਾਈ ਖਿੱਚ ਕੇ ਰੱਖੋ ਸੱਚੀ ਆ